ਸਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਗੁਰ ਪ੍ਰਸਾਦ ਜਿਹਵਾਇਕ ਕਵਨ ਗੁਣ ਕਹੀਐ ਬੇਸ਼ੁਮਾਰ ਬਿਅੰਤ ਸੁਆਮੀ ਤੇਰਾ ਅੰਤ ਨ ਕਿਨਹੀ ਲਈਐ ਕੋਟ ਪਰਾਦ ਹਮਾਰੇ ਖੰਡੋ ਅਨਕ ਬਿਧੀ ਸਮਝਾਵੋ ਹਮ ਅਗਿਆਨ ਹਲਪ ਮਤ ਥੋਰੀ ਤੁਮ ਆਪਨ ਬਿਰਦਰ ਖਾਓ ਤੁਮਰੀ ਸ਼ਰਣ ਤੁਮਾਰੀ ਆਸਾ ਤੁਮਹੀ ਸਜਣ ਸੁਹੇਲੇ ਰਾਖੋ ਰਾਖਨ ਹਾਰ ਦਯਾਲਾ ਨਾਨਕ ਕਰਕੇ ਗੋਲੇ ਤੁਮਰੀ ਸ਼ਰਣ ਤੁਮਾਰੀ ਆਸਾ ਤੁਮਹੀ ਸਜਣ ਸੁਹੇਲੇ ਰਾਖੋ ਰਾਖਨ ਹਾਰ ਦਯਾਲਾ ਨਾਨਕ ਕਰਕੇ ਬੋਲੀਏ ਵਾਹਿਗੁਰੂ ਜੀ ਪੌੜੀ ਜਿਨ ਹਰ ਹਿਰਦੈ ਸੇਵਿਆ ਤਿਨ ਹਰ ਆਪ ਮਿਲਾਏ ਗੁਣ ਕੀ ਸਾਂਝ ਤਿਨ ਸਵਯੋਂ ਕਰੀ ਸਭ ਅਵਗਣ ਸ਼ਬਦ ਜਲਾਏ ਅਵਗਣ ਵਿਕਣ ਪੱਲਰੀ ਜਿਸ ਦੇ ਸੋ ਸੱਚੇ ਪਾਏ ਬਲਿਹਾਰੀ ਬੁਰੇ ਆਪਣੇ ਜਿਨ ਅਵਗਣ ਮੇਟ ਗੁਣ ਪ੍ਰਗਟੀ ਆਏ ਵੱਡੀ ਵਡਿਆਈ ਵੱਡੇ ਕੀ ਗੁਰਮੁਖ ਆਲਾਏ ਵੱਡੀ ਵਡਿਆਈ ਵੱਡੇ ਕੀ ਗੁਰਮੁਖ ਆਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਅਟਲ ਚਵਰ ਛਤਰ ਤਖ ਦੇ ਮਾਲਕ ਰਾਜਾ ਨਾ ਰਾਜ ਭਾਨਾ ਨਾ ਭਾਨ ਦੇਵਾ ਨਾ ਦੇਵ ਮਾ ਮਹਾਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੰਧਿਆ ਵਕਤ ਦੇ ਦੀਵਾਨਾਂ ਦੇ ਅੰਦਰ ਜੁੜ ਬੈਠੇ ਗੁਰਸਿੱਖ ਪਿਆਰ ਵਾਲੇ ਉਲਟ ਭਾਗੇ ਹੋ ਸਤਿਗੁਰਾਂ ਦੀ ਨਜ਼ਰ ਰਹਿਮਤ ਦੇ ਸਦਕਾ ਸਤਿਗੁਰਾਂ ਦੇ ਦਰ ਦੇ ਉੱਤੇ ਜ਼ਿੰਦਗੀ ਦੀਆਂ ਅਨਮੋਲਕ ਘੜੀਆਂ ਨੂੰ ਹੋਰ ਵੀ ਅਨਮੋਲਕ ਬਣਾਉਣ ਦਾ ਯਤਨ ਪਏ ਕਰਦੇ ਹੋ। ਲੜੀਵਾਰ ਚੱਲ ਰਹੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਗੁਰਸ਼ਬਦ ਵਿਚਾਰ ਦੇ ਅੰਦਰ ਪਿਛਲੇ ਦੀਵਾਨ ਦੇ ਅੰਦਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਦੋਹਾਂ ਦੀਵਾਨਾਂ ਦੇ ਅੰਦਰ ਦੋ ਸ਼ਲੋਕਾਂ ਦੇ ਵਿਚਾਰ ਕੀਤੇ ਸੀ। ਅੱਜ ਉਸ ਤੋਂ ਅਗਲੇਰੇ ਵਚਨ ਪੌੜੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ, ਜੋ ਕਿ ਗੌੜੀ ਰਾਗ ਦੇ ਅੰਦਰ ਵਾਰ ਦੇ ਅੰਦਰ ਸੱਤਵੀਂ ਪੌੜੀ ਹੈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 303 ਦੇ ਉੱਤੇ ਸੁਭਾਈਮਾਨ ਹੈ। ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਕਮਲਾਂ 'ਚ ਹਾਜ਼ਰੀ ਲਵਾਉਂਦੀਆਂ ਹੋਈਆਂ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਦੋਹਾਂ ਸ਼ਲੋਕਾਂ ਦੇ ਵਿੱਚ ਸੱਚੇ ਸਤਿਗੁਰੂ ਦੇ ਨਾਲ ਜੁੜਨ ਦੀ ਗੱਲ ਕਰਨਾ ਕੀਤੀ ਹੈ ਕਿ ਸੱਚੇ ਸਤਿਗੁਰੂ ਦੇ ਨਾਲ ਜੁੜਨ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ, ਪਰਮਾਤਮਾ ਦੇ ਨਾਲ ਮਿਲਿਆ ਕਿਵੇਂ ਜਾ ਸਕਦਾ ਹੈ, ਪਰਮਾਤਮਾ ਦੇ ਨਾਲ ਪ੍ਰੀਤ ਕਿਵੇਂ ਪਾਈ ਜਾ ਸਕਦੀ ਹੈ। ਇਹ ਸਾਰੇ ਵਚਨ ਅਸੀਂ ਦੋਹਾਂ ਸ਼ਲੋਕਾਂ ਦੇ ਅੰਦਰ ਵਿਚਾਰੇ ਸਨ ਕਿ ਜਦੋਂ ਪ੍ਰਭੂ ਪਰਮਾਤਮਾ ਦੇ ਨਾਲ ਸਾਡੀ ਪ੍ਰੀਤ ਪੈ ਜਾਂਦੀ ਹੈ, ਗੁਰੂ ਦੇ ਨਾਲ ਜੁੜਨ ਦੇ ਨਾਲ ਜਿਵੇਂ
ਲੋਹਾ ਹੈ ਪਾਰਸ ਦੇ ਨਾਲ ਭੇਜਣ ਦੇ ਨਾਲ ਉਹ ਸੋਨਾ ਬਣ ਜਾਂਦਾ ਹੈ। ਗੁਰੂ ਦੇ ਚਰਣਾ ਕਮਲਾਂ ਦੇ ਵਿੱਚ ਆਉਣ ਦੇ ਨਾਲ ਗੁਰੂ ਦੀ ਮਤ ਜੀਵਨ ਦੇ ਅੰਦਰ ਧਾਰਨ ਕਰਨ ਦੇ ਨਾਲ ਜੀਵਨ ਦੇ ਅੰਦਰ ਇੰਨੀ ਕੁ ਬਖਸ਼ਿਸ਼ ਹੁੰਦੀ ਹੈ, ਇੰਨੀ ਕੁ ਰਹਿਮਤ ਹੁੰਦੀ ਹੈ ਕਿ ਜੀਵਨ ਹੀ ਤਬਦੀਲ ਹੋ ਜਾਂਦਾ ਹੈ। ਅਤੇ ਗੁਰਦੇਵ ਪਾਤਸ਼ਾਹ ਉਹਨਾਂ ਜੀਵਨ ਤਬਦੀਲੀ ਦੀ ਗੱਲ ਕਰਦਿਆਂ ਹੋਇਆਂ ਸਾਨੂੰ ਸਮਝਾਉਣ ਲੱਗੇ, ਪੌੜੀ ਜਿਨ ਹਰ ਹਿਰਦੈ ਸੇਵਿਆ ਤਿਨ ਹਰ ਆਪ ਮਿਲਾਏ। ਗੁਰਦੇਵ ਪਾਤਸ਼ਾਹ ਕਹਿਣ ਲੱਗੇ, ਜਿਨ੍ਹਾਂ ਨੇ ਹਿਰਦੇ ਦੇ ਵਿੱਚ ਆਪ ਪ੍ਰਭੂ ਪਰਮਾਤਮਾ ਨੂੰ ਧਿਆਇਆ। ਦੇਖੋ, ਪਰਮਾਤਮਾ ਜਿਹੜਾ ਹੈ ਕਿਤੇ ਬਾਹਰੋਂ ਪ੍ਰਾਪਤ ਨਹੀਂ ਹੋਣਾ, ਕਿਸੇ ਖਾਸ ਜਗ੍ਹਾ ਦੇ ਉੱਤੇ ਜਾਣ ਦੇ ਨਾਲ ਵੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ, ਕਿਸੇ ਬਾਹਰੀ ਤੌਰ ਦੇ ਉੱਤੇ ਕੁਝ ਦੇਣ ਦੇ ਨਾਲ, ਕੁਝ ਗੁਰਮੰਤਰ ਦੇਣ ਦੇ ਨਾਲ, ਕੋਈ ਕੁੜੀ ਦੇਣ ਦੇ ਨਾਲ ਜਾਂ ਕਿਸੇ ਧਾਗੇ ਤਵੀਤ ਦੇ ਨਾਲ ਵੀ ਪਰਮਾਤਮਾ ਪ੍ਰਾਪਤ ਨਹੀਂ ਹੋਣਾ। ਪਰਮਾਤਮਾ ਜਿਹੜਾ ਹੈ ਉਹ ਸਾਡੇ ਹਿਰਦੇ ਦੇ ਵਿੱਚ ਹੈ। ਜਦੋਂ ਬਚਨ ਪੜ੍ਹਦੇ ਹਾਂ, ਫਰੀਦਾ ਜੰਗਲ ਜੰਗਲ ਕਿਆ ਭਾਵੇਂ ਵਣ ਕੰਡਾ ਮੋੜੇ, ਵਸੀ ਰੱਬ ਹਿਆਲੀ ਹੈ ਬਾਹਰ ਕਿਆ ਢੂੰਡੇ। ਕਹਿਣਗੇ, ਇਹ ਜੀਵ ਤੂੰ ਕਾਹਦੇ ਵਾਸਤੇ ਜੰਗਲ ਬੀਆਬਾਨਾਂ ਦੇ ਵਿੱਚ, ਪਹਾੜਾਂ ਦੇ ਵਿੱਚ, ਖੁੰਦਰਾਂ ਦੇ ਵਿੱਚ ਤੁਰਿਆ ਫਿਰਦਾ? ਪਰਮਾਤਮਾ ਤੇਰੇ ਹਿਰਦੇ ਦੇ ਵਿੱਚ ਵਸਦਾ ਹੈ, ਉਸਨੂੰ ਹਿਰਦੇ ਦੇ ਵਿੱਚੋਂ ਖੋਜਣ ਦੀ ਕੋਸ਼ਿਸ਼ ਕਰ। ਕਿਉਂਕਿ ਜੋ ਬ੍ਰਹਿਮੰਡੇ ਸੋਏ ਪਿੰਡੇ, ਜੋ ਖੋਜੇ ਸੋ ਪਾਵੇ। ਜਿੰਨਾ ਕੁਝ ਬ੍ਰਹਿਮੰਡ ਦੇ ਵਿੱਚ ਹੈ ਉਨਾ ਕੁਝ ਪਰਮਾਤਮਾ ਨੇ ਤੇਰੇ ਜੀਵਨ ਦੇ ਵਿੱਚ ਪਾਇਆ ਹੈ, ਤੇਰੇ ਸਰੀਰ ਦੇ ਵਿੱਚ ਪਾਇਆ ਹੈ। ਇਹਨੂੰ ਅੰਦਰੋਂ ਖੋਜਣ ਦੀ ਕੋਸ਼ਿਸ਼ ਕਰ। ਤੇ ਸਾਹਿਬ ਕਹਿਣ ਲੱਗੇ, ਜਿਨ ਹਰ ਹਿਰਦੈ ਸੇਵਿਆ ਤਿਨ ਹਰ ਆਪ ਮਿਲਾਏ। ਜਿਨ੍ਹਾਂ ਦੇ ਹਿਰਦੇ ਦੇ ਵਿੱਚੋਂ ਪਰਮਾਤਮਾ ਨੂੰ ਧਿਆਇਆ, ਲੋਕ ਦਿਖਾਵੇ ਵਾਸਤੇ ਨਹੀਂ, ਹਿਰਦੇ ਦੇ ਵਿੱਚੋਂ ਪਰਮਾਤਮਾ ਦਾ ਸਿਮਰਨ ਕੀਤਾ ਮਨ ਕਰਕੇ, ਜਿਨ੍ਹਾਂ ਨੇ ਇੱਕ ਅਸੀਂ ਕਰਦੇ ਹਾਂ ਤਨ ਕਰਕੇ ਰੋਜੀ ਰੋਟੀ ਵਾਸਤੇ, ਇੱਕ ਜਿਹੜਾ ਕੰਮ ਹੈ ਮਨ ਕਰਕੇ, ਮਨ ਕਰਕੇ ਜਿਨ੍ਹਾਂ ਨੇ ਪਰਮਾਤਮਾ ਨੂੰ ਧਿਆਇਆ ਹੋਵੇਗਾ, ਪਰਮਾਤਮਾ ਦਾ ਸਿਮਰਨ ਕੀਤਾ ਹੋਵੇਗਾ, ਉਹਨਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ। ਜੇਕਰ ਅਸੀਂ ਤਨ ਕਰਕੇ ਬਾਹਰੀ ਤੌਰ ਦੇ ਉੱਤੇ ਭੇਖ ਬਣਾ ਕੇ ਬੇਸ਼ੱਕ ਜਿੰਨਾ ਮਰਜ਼ੀ ਕੰਮ ਕਰਦੇ ਰਹੀਏ, ਲੇਕਿਨ ਪਰਮਾਤਮਾ ਦੇ ਦਰ ਦੇ ਉੱਤੇ ਸਾਡੀ ਪ੍ਰਵਾਨਗੀ ਨਹੀਂ ਹੋਣੀ ਜਿੰਨੀ ਦੇਰ ਤੱਕ ਮਨ ਕਰਕੇ ਨਹੀਂ ਕੀਤਾ। ਜਦੋਂ ਸੇਵਾ ਮਨ ਕਰਕੇ ਕਰਾਂਗੇ, ਜਦੋਂ ਸਿਮਰਨ ਮਨ ਕਰਕੇ ਕਰਾਂਗੇ, ਆਤਮਿਕ ਤੌਰ ਦੇ ਉੱਤੇ ਜਿਸ ਮਾਲਕ ਦੇ ਨਾਲੋਂ ਵਿਛੜ ਕੇ ਸੰਸਾਰ ਦੇ ਉੱਤੇ ਬੈਠੇ ਹਾਂ, ਜਦੋਂ ਉਹਦੇ ਨਾਲ ਜੁੜਨ ਦੇ ਵਾਸਤੇ ਕਰਾਂਗੇ, ਫਿਰ ਉਹ ਸਾਰੀਆਂ ਦਾਤਾਂ ਪ੍ਰਾਪਤ ਹੋਣਗੀਆਂ, ਫਿਰ ਪਰਮਾਤਮਾ ਦੇ ਨਾਲ ਮਿਲਿਆ ਜਾ ਸਕਣਾ ਹੈ। ਤੇ ਸਾਹਿਬ ਕਹਿਣਗੇ, ਜਿਨ੍ਹਾਂ ਨੇ ਹਿਰਦੇ ਦੇ ਵਿੱਚੋਂ ਪਰਮਾਤਮਾ ਨੂੰ ਸਿਮਰਿਆ ਤਿਨ ਹਰ ਆਪ ਮਿਲਾਏ, ਪਰਮਾਤਮਾ ਫਿਰ ਉਹਨਾਂ ਨੂੰ ਆਪ ਆਪਣੇ ਨਾਲ ਮਿਲਾ ਲੈਂਦਾ ਹੈ। ਪਰਮਾਤਮਾ ਜਦੋਂ ਅਸੀਂ ਸੇਵਾ ਕਰਾਂਗੇ, ਸਿਮਰਨ ਕਰਾਂਗੇ, ਫਿਰ ਪਰਮਾਤਮਾ ਆਪਣੇ ਨਾਲ ਜੋੜਨ ਦੇ ਵਾਸਤੇ ਕਰਦਾ ਕੀ ਹੈ? ਸਾਹਿਬ ਕਹਿਣਗੇ, ਗੁਣ ਕੀ ਸਾਂਝ ਤਿਨ ਸਿਉਂ ਕਰੀ, ਸਭ ਅਵਗਣ ਸ਼ਬਦ ਜਲਾਏ। ਸਭ ਕਹਿਣਗੇ, ਪ੍ਰਭੂ ਪਰਮਾਤਮਾ ਇੱਕ ਗੱਲ ਪੂਰਨ ਤੌਰ ਦੇ ਉੱਤੇ ਸਾਨੂੰ ਸਮਝਾਉਂਦਾ ਹੈ, ਕਿਉਂਕਿ ਪਰਮਾਤਮਾ ਆਪ ਗੁਣ ਸਰੂਪ ਆ, ਤੇ ਉਹ ਇਹ ਗੱਲ ਆਖਦਾ ਹੈ ਕਿ ਇਹ ਗੁਰਸਿੱਖ, ਇਹ ਜੀਵ, ਤੂੰ ਆਪਣੇ ਜੀਵਨ ਦੇ ਵਿੱਚ ਗੁਣਾਂ ਨੂੰ ਧਾਰਨ ਕਰ। ਜਿਉਂ ਜਿਉਂ ਸਾਡੇ ਵਿੱਚ ਗੁਣ ਹੋਣਗੇ, ਅਵਗਣ ਆਪਣੇ ਆਪ ਖਤਮ ਹੋਣੇ ਸ਼ੁਰੂ ਹੋ ਗਏ। ਜਿਉਂ ਜਿਉਂ ਸਾਡੇ ਵਿੱਚ ਗੁਣ ਆਉਣਗੇ, ਅਵਗਣ ਆਪਣੇ ਆਪ ਦੂਰ ਹੋਣੇ ਸ਼ੁਰੂ ਹੋਣ। ਗੁਣ ਕੀ ਸਾਂਝ ਤਿਨ ਸਿਉਂ ਕਰੀ, ਜਦੋਂ ਜੀਵਨ ਦੇ ਵਿੱਚ ਗੁਣਾਂ ਦੀ ਸਾਂਝ ਕਰਾਂਗੇ, ਕਿਉਂਕਿ ਸਾਂਝ ਕਰੀਜੈ ਗੁਣੇ ਕੇਰੀ ਛਾੜੇ ਅਵਗਣ ਚੱਲਿਆ। ਜੇਕਰ ਗੁਰਸਿੱਖ ਨੇ ਕਿਸੇ ਦੇ ਨਾਲ ਸਾਂਝ ਪਾਉਣੀ ਹੈ ਨਾ, ਤੇ ਗੁਣਾਂ ਦੇ ਕਰਕੇ ਸਾਂਝ ਪਾਓ। ਦੇਖੋ, ਇਹ ਨਾ ਦੇਖੋ ਕਿ ਇਹਦੇ ਕੋਲ ਧਨ ਕਿੰਨਾ, ਜਾਇਦਾਦ ਕਿੰਨੀ ਆ, ਜਾਂ ਇਹਦਾ ਸੁਹੱਪਣ ਕੀ ਹੈ। ਉਹਦੇ ਜੀਵਨ ਦੇ ਵਿੱਚ ਦੇਖੋ ਗੁਣ ਕੀ ਹੈ। ਸਾਂਝ ਕਰੀਜੈ ਗੁਣੇ ਕੇਰੀ ਛਾੜ ਅਵਗਣ ਚੱਲਿਆ, ਜਿੱਥੇ ਗੁਣਾ ਅਵਗੁਣਾ ਦੀ ਗੱਲ ਆਉਂਦੀ ਹੈ ਉਹਨੂੰ ਛੱਡ ਦੇ। ਕਿਉਂਕਿ ਜੇਕਰ
देखो संगत दो प्रकार दी है, एक संगत ते एक कुसंगत है। संगत जेकर चंगियां दी होवेगी ते चंगा फल प्राप्त होवेगा, जेकर कुसंगत होवेगी ते माड़ा फल प्राप्त होवेगा। साहिब उदाहरणा दे के समझाउंदे ने गुरबाणी दे अंदर, एक नहीं बेअंत उदाहरणा दे दे के समझाउंदे ने। कहण लगे कि जेकर बेरी दे दरखत दे लागे केले दा बूटा होवेगा, ਉਹ ਝੂਲੇ ਉਹ ਚੀਰੀਏ ਸਾਕਤ ਸੰਗ ਨਾ ਹੇਰ। ਬੇਰੀ ਜਦੋਂ ਝੂਲਦੀ ਹੈ ਲਾਗੇ ਕੇਲੇ ਦੇ ਬੂਟੇ ਦੇ ਵਿੱਚ, ਜਦੋਂ ਉਹਦੇ ਕੰਡੇ ਵੱਜਦੇ ਨੇ ਉਹਨੂੰ ਪਾੜ ਪਾੜ ਕੇ ਲੀਰੋ ਲੀਰ ਕਰ ਦੇਵੇ, ਉਹ ਕੇਲੇ ਦੇ ਬੂਟੇ ਨੂੰ ਖਰਾਬ ਕਰ ਦੇਵੇ। ਦੂਸਰੀ ਉਦਾਹਰਣ ਹੈ ਜੇਕਰ ਚੰਦਨ ਦੇ ਬੂਟੇ ਦੇ ਲਾਗੇ ਦੂਸਰੇ ਬੂਟੇ ਰਿੰਡ ਬੱਪਰੇ ਵਰਗੇ ਬੂਟੇ ਹੋਣਗੇ, ਉਹਨਾਂ ਦੇ ਵਿੱਚ ਵੀ ਚੰਦਨ ਵਰਗੀ ਸੁਗੰਧੀ ਆ ਜਾਵੇਗੀ। ਸੰਗਤ ਚੰਗੀ ਹੋਵੇਗੀ ਤੇ ਫਲ ਚੰਗਾ ਮਿਲੇਗਾ, ਮਾੜੀ ਸੰਗਤ ਹੋਵੇਗੀ ਤੇ ਮਾੜਾ ਫਲ ਪ੍ਰਾਪਤ ਹੋਵੇਗਾ। ਜੇਕਰ ਅਸੀਂ ਚੰਗੇ ਕਰਮ ਕਰਾਂਗੇ ਉਹਦਾ ਚੰਗਾ ਫਲ ਪ੍ਰਾਪਤ ਹੋਵੇਗਾ, ਜੇਕਰ ਮਾੜੇ ਕਰਮ ਕਰਾਂਗੇ ਉਹਦਾ ਮਾੜਾ ਫਲ ਪ੍ਰਾਪਤ ਹੋਵੇਗਾ। ਸਾਹਿਬ ਕਹਿੰਦੇ ਗੁਣ ਕੀ ਸਾਜ ਤਿੰਨ ਸਿਉ ਕਰੀ ਸਭ ਅਵਗਣ ਸ਼ਬਦ ਜਲਾਏ। ਜਿਹੜੇ ਅਵਗਣ ਨੇ ਨਾ ਉਹਨਾਂ ਨੂੰ ਗੁਰਬਾਣੀ ਦੇ ਨਾਲ ਜਲਾਇਆ ਜਾ ਸਕਦਾ, ਗੁਰਬਾਣੀ ਦੇ ਸ਼ਬਦਾਂ ਦੇ ਰਾਹੀਂ। ਦੇਖੋ ਜੀਵਨ ਨੂੰ ਸੁਚੱਜੇ ਮਾਰਗ ਦੇ ਉੱਤੇ ਚਲਾਉਣ ਵਾਸਤੇ ਸਾਨੂੰ ਕੋਈ ਝਿੜਕਦਾ ਹੈ, ਝਿੜਕਣ ਤੋਂ ਭਾਵ ਹੈ ਵਰਜਦਾ ਹੈ। ਜੇਕਰ ਟੀਚਰ ਦੇ ਕੋਲ ਅਸੀਂ ਜਾਂਦੇ ਹਾਂ, ਟੀਚਰ ਸਾਨੂੰ ਗਲਤ ਕੰਮਾਂ ਤੋਂ ਵਰਜਦੇ ਹੈ ਨਾ, ਬੱਚਿਆਂ ਨੂੰ ਝਿੜਕਦੇ ਬੇਟਾ ਆਹ ਨੀ ਕਰਨਾ ਆਹ ਨੀ ਕਰਨਾ, ਘਰ ਦੇ ਵਿੱਚ ਮਾਂ ਪਿਓ ਵੀ ਝਿੜਕਦੇ ਆ, ਕਹਿ ਤੇ ਸ਼ਬਦਾਂ ਦੇ ਰਾਹੀਂ ਕਰ ਰਹੇ ਆ ਨਾ ਕਿ ਆਹ ਨਹੀਂ ਕਰਨਾ, ਜੇ ਆਹ ਕੀਤਾ ਤਾਂ ਤੈਨੂੰ ਸਜ਼ਾ ਵੀ ਮਿਲੂਗੀ। ਅਸੀਂ ਆਖਦੇ ਹਾਂ ਸਾਨੂੰ ਆਹ ਛੋਟੇ ਹੁੰਦਿਆਂ ਸਾਰਿਆਂ ਨੂੰ ਝਿੜਕਾਂ ਪੈਂਦੀਆਂ ਰਹੀਆਂ, ਅਸੀਂ ਗਲਤ ਕੰਮਾਂ ਤੋਂ ਵਰਜਣ ਦੇ ਵਾਸਤੇ ਮਾਂ ਪਿਓ ਕਹਿੰਦੇ ਟੀਚਰ ਕਹਿੰਦੇ, ਜਿਉਂ ਜਿਉਂ ਵੱਡੇ ਹੁੰਦੇ ਜਾ ਰਹੇ ਹਾਂ ਤਿਉਂ ਤਿਉਂ ਉਹ ਸਾਡੇ ਅਵਗਣ ਘਟਦੇ ਜਾ ਰਹੇ ਆ, ਗੁਣਾਂ ਵੱਲ ਅਸੀਂ ਖੁਦ ਦੂਜਿਆਂ ਨੂੰ ਮੱਤਾਂ ਦੇਣੀਆਂ ਸ਼ੁਰੂ ਕਰ ਦਿੰਦੇ ਹਾਂ, ਦੂਜਿਆਂ ਨੂੰ ਆਪਣੇ ਬੱਚਿਆਂ ਨੂੰ ਫਿਰ ਅੱਗੇ ਜਾ ਕੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੰਦੇ ਹਾਂ, ਕਿਉਂਕਿ ਗੁਣ ਇਕੱਠੇ ਕੀਤੇ ਅਵਗਣ ਸਾਡੇ ਵਿੱਚੋਂ ਉਹ ਦੂਰ ਹੋਏ। ਹੁਣ ਉਹੀ ਗੱਲ ਸਾਹਿਬ ਸਮਝਾਉਂਦੇ ਨੇ ਕਿ ਪ੍ਰਭੂ ਪਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਨ ਹੋਣ ਦੇ ਵਾਸਤੇ ਆਪਣੇ ਜੀਵਨ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਗੱਲ ਹੈ, ਗੁਣ ਕੀ ਸਾਜ ਤਿੰਨ ਸਿਉ ਕਰੀ ਸਭ ਅਵਗਣ ਸ਼ਬਦ ਜਲਾਏ। ਸਾਰੇ ਅਵਗਣਾਂ ਦੇ ਰੂਪੀ ਜਿਹੜੇ ਸ਼ਬਦਾਂ ਦੇ ਰਾਹੀਂ ਅਵਗਣ ਜਲਣੇ ਸ਼ੁਰੂ ਹੋਣਗੇ, ਜਿਉਂ ਜਿਉਂ ਬਾਣੀ ਪੜ੍ਹਾਂਗੇ, ਜਿਉਂ ਜਿਉਂ ਗੁਰੂ ਦੀ ਗੱਲ। ਦੇਖੋ ਗੁਰੂ ਇੱਕ ਦਰਪਣ ਦੇ ਨਿਆਈ ਆ, ਸ਼ੀਸ਼ੇ ਦੇ ਵਾਂਗੂ ਆ। ਗੁਰੂ ਨੇ ਸੱਚੀ ਗੱਲ ਕਹਿ ਦੇਣੀ ਆ, ਭਾਵੇਂ ਕਿਸੇ ਨੂੰ ਬੁਰਾ ਲੱਗੇ ਚਾਹੇ ਚੰਗਾ ਲੱਗੇ, ਗੁਰੂ ਨੇ ਆਖਣਾ ਤੇ ਉਹਨੇ ਆਖ ਹੀ ਦੇਣਾ ਹੈ, ਕਿਉਂਕਿ ਗੁਰੂ ਸਾਨੂੰ ਕਦੀ ਵੀ ਗਲਤ ਕੰਮ ਦੇ ਵੱਲ ਪ੍ਰੇਰਿਤ ਨਹੀਂ ਕਰੇਗਾ। ਗੁਰੂ ਨੇ ਜਿਵੇਂ ਸ਼ੀਸ਼ਾ ਸਾਡੇ ਮੁੱਖ ਦੇ ਉੱਤੇ ਲੱਗਿਆ ਹੋਇਆ ਦਾਗ, ਉਸੇ ਵੇਲੇ ਦਿਖਾ ਦੇਵੇਗਾ ਤੇਰੇ ਮੁਖੜੇ ਤੇ ਦਾਗ ਆ, ਅਸੀਂ ਉਸੇ ਵੇਲੇ ਸਾਫ਼ ਕਰਨ ਦੀ ਕੋਸ਼ਿਸ਼ ਕਰਾਂਗੇ। ਗੁਰੂ ਨੇ ਵੀ ਸਾਡੀਆਂ ਅਵਗਣ, ਦੇਖੋ ਦੁਨੀਆਦਾਰੀ ਦੇ ਤੌਰ ਦੇ ਉੱਤੇ ਅਸੀਂ ਇੱਕ ਦੂਜੇ ਕੋਲੋਂ ਦੁਨੀਆਦਾਰੀ ਚੀਜ਼ਾਂ ਦੀਆਂ ਗੱਲਾਂ ਲੁਕਾ ਸਕਦੇ ਹਾਂ ਜਾਂ ਪ੍ਰਗਟ ਕਰ ਸਕਦੇ ਹਾਂ, ਲੇਕਿਨ ਹਿਰਦੇ ਦੇ ਅੰਦਰ ਜਿਹੜੇ ਸਾਡੇ ਆਪਣੇ ਅਵਗਣ ਆ ਜਾਂ ਗੁਣ ਹੈ ਅਸੀਂ ਜਾਣਦੇ ਹਾਂ ਜਾਂ ਗੁਰੂ ਜਾਣਦਾ ਹੈ। ਸਾਡੇ ਅਵਗਣਾਂ ਨੂੰ ਬੇਸ਼ੱਕ ਅਸੀਂ ਗਲਤ ਕੰਮ ਲੁਕ ਕੇ ਕਰ ਲਈਏ, ਅਸੀਂ ਇਹਨੂੰ ਕੋਈ ਨਹੀਂ ਦੇਖਦਾ, ਲੇਕਿਨ ਜਿਹੜਾ ਸਾਡੇ ਅੰਦਰ ਪਰਮਾਤਮਾ ਬੈਠਾ ਹੈ ਉਹ ਤਾਂ ਦੇਖਦਾ ਹੈ, ਉਹ ਤੋਂ ਕੋਈ ਵੀ ਅਸੀਂ ਲੁਕਾ ਨਹੀਂ ਸਕਦੇ। ਅਸੀਂ ਮਾੜਾ ਸੁਣਦੇ ਹਾਂ, ਮਾੜਾ ਦੇਖਦੇ ਹਾਂ, ਮਾੜਾ ਕਹਿੰਦੇ ਹਾਂ, ਉਹ ਕੋਈ ਲੁਕਾ ਨਹੀਂ ਸਕਦੇ ਪਰਮਾਤਮਾ ਤੋਂ, ਕਿਉਂਕਿ ਪਰਮਾਤਮਾ ਸਾਡੇ ਜੀਹਨ ਦੇ ਵਿੱਚ ਹੈ, ਹਿਰਦੇ ਦੇ ਵਿੱਚ ਹੈ। ਸਾਹਿਬ ਕਹਿਣ ਲੱਗੇ ਇਹ ਜਿਹੜੇ ਅਵਗਣ ਨੇ ਇਹ ਗੁਰੂ ਦੇ ਸ਼ਬਦ ਦੇ ਦੁਆਰਾ ਸਾਡੇ ਜੀਵਨ ਦੇ ਵਿੱਚੋਂ ਖਤਮ ਹੋ ਸਕਦੇ ਆ। ਸਾਡੇ ਜੀਵਨ ਦੇ ਅੰਦਰ ਸ਼ੁਭ ਗੁਣ ਗੁਰੂ ਦੀ ਮੱਤ ਦੇ ਅਨੁਸਾਰ ਆ ਸਕਦੇ ਆ। ਸਾਹਿਬ ਕਹਿਣ ਲੱਗੇ ਅਵਗਣ ਵਿਕਣ ਪੱਲਰੀ ਜਿਸ ਦੇ ਸੋ ਸੱਚੇ ਪਾਏ। ਸਾਹਿਬ ਕਹਿੰਦੇ ਅਵਗਣ ਜਿੰਨੇ ਨੇ ਉਹ ਕੇਵਲ ਤੇ ਕੇਵਲ ਵੇਸਟ ਨੇ, ਉਹਨਾਂ ਨੂੰ ਕਿਸੇ ਵੀ ਥਾਂ ਦੇ ਉੱਤੇ ਕੰਮ ਨਹੀਂ ਅਸੀਂ ਲਿਆ ਸਕਦੇ।
ਉਹਨਾਂ ਦੀ ਕੋਈ ਦੁਨੀਆਦਾਰੀ ਦੇ ਵਿੱਚ ਜਿਵੇਂ ਆਮ ਤੌਰ ਦੇ ਉੱਤੇ ਹੁਣ ਇੱਥੇ ਤਾਂ ਨਹੀਂ ਜਾਂ ਪੰਜਾਬ ਕਹਿ ਲਈਏ ਜਾਂ ਖੋਰੀ ਲਾਹ ਕੇ ਰੱਖ ਦੇ ਦੀ ਜਾਂ ਪਰਾਲੀ ਵਾਧੂ ਕਰਕੇ ਸੁੱਟ ਲਈ ਦੀ ਸਿਆਲ ਦੇ ਵਿੱਚ ਅੱਗ ਬਾਲਾਂਗੇ ਉਹਨੂੰ ਸਿਰਫ ਅੱਗ ਬਾਲਣ ਦੇ ਵਾਸਤੇ ਕੰਮ ਲੈ ਸਕਦੇ ਹਾਂ ਉਹਨਾਂ ਦਾ ਕੋਈ ਵੈਲਿਊ ਨਹੀਂ ਉਸ ਚੀਜ਼ ਦੀ ਜਿਹੜੇ ਅਵਗਣ ਨੇ ਜੀਵਨ ਦੇ ਅੰਦਰ ਜਿਹੜੇ ਅਵਗਣ ਨੇ ਉਹ ਪੱਲਰ ਦੇ ਵਾਂਗੂ ਆ ਕੂੜ ਦੇ ਵਾਂਗੂ ਆ ਕਿਸੇ ਵੀ ਉਹ ਕੰਮ ਆਉਣ ਵਾਲੇ ਨਹੀਂ ਲੇਕਿਨ ਅਵਗਣ ਵਿਕਣ ਪੱਲਰ ਹੀ ਜਿਸ ਦੇਹ ਸੋ ਸੱਚੇ ਪਾਏ ਜਿਸ ਹਿਰਦੇ ਦੇ ਅੰਦਰ ਪ੍ਰਭੂ ਪਰਮਾਤਮਾ ਸੱਚਾ ਵਸ ਗਿਆ ਜਿਸ ਦੇ ਹਿਰਦੇ ਦੇ ਅੰਦਰ ਸੱਚਾ ਮਾਲਕ ਆ ਗਿਆ ਉਹਨੂੰ ਅਵਗਣਾਂ ਦੀ ਕੀ ਲੋੜ ਹੈ ਜਿਹਦੇ ਹਿਰਦੇ ਦੇ ਅੰਦਰ ਗੁਣ ਸਮਾ ਗਏ ਉਹਨੂੰ ਅਵਗਣਾਂ ਦੀ ਕੀ ਲੋੜ ਰਹਿ ਗਈ ਹੁਣ ਜਿਹਦੇ ਕੋਲ ਨਾਮ ਰੂਪੀ ਧਨ ਹੈ ਜਿਹਦੇ ਕੋਲ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਬਖਸ਼ਿਸ਼ਾਂ ਨੇ ਉਹਨਾਂ ਨੂੰ ਅਵਗਣਾਂ ਨੂੰ ਇਕੱਠੇ ਕਰਨ ਦੀ ਕੀ ਲੋੜ ਰਹਿ ਜਾਵੇਗੀ ਜਾਂ ਇਵੇਂ ਕਹਿ ਲਈਏ ਕਿ ਜਿਹਨੂੰ ਪ੍ਰਭੂ ਪਰਮਾਤਮਾ ਨੇ ਰਹਿਮਤ ਦੇ ਸਦਕਾ ਸੋਨਾ ਚਾਂਦੀ ਮਿਲਿਆ ਹੋਇਆ ਉਹਨੂੰ ਕੱਚ ਪਾਉਣ ਦੀ ਕੀ ਲੋੜ ਰਹਿ ਜਾਵੇਗੀ ਉਹ ਤਾਂ ਸੋਨਾ ਚਾਂਦੀ ਪਾਵੇਗਾ ਨਾ ਜਿਹਨੂੰ ਖਾਣ ਦੇ ਵਾਸਤੇ ਰੋਟੀਆਂ ਵਧੀਆ ਮਿਲ ਰਹੀਆਂ ਨੇ ਉਹਨੂੰ ਕੀ ਲੋੜ ਹੈ ਜਾ ਕੇ ਘਰ ਘਰ ਮੰਗਣ ਦੀ ਜਦੋਂ ਗੁਰੂ ਦੇ ਕੋਲ ਜੇਕਰ ਜਿਹਦੇ ਗੁਰੂ ਦੇ ਦਰ ਦੇ ਨਾਲ ਬਣ ਗਈ ਜਦੋਂ ਪ੍ਰਭੂ ਪਰਮਾਤਮਾ ਖੁੱਲੇ ਖਜ਼ਾਨੇ ਦੇ ਰਿਹਾ ਦਾਤਾਂ ਦੇ ਰਿਹਾ ਉਹਨੂੰ ਕੀ ਲੋੜ ਰਹਿ ਜਾਵੇਗੀ ਦਰ ਦਰ ਦੇ ਉੱਤੇ ਭਟਕਣ ਦੀ ਮੜੀਆਂ ਮਸਾਣਾ ਡਿੰਮੀਆਂ ਬਖੰਡੀਆਂ ਦੇ ਦਰ ਦਰ ਦੇ ਉੱਤੇ ਭਟਕਣ ਦੀ ਸਭ ਕਹਿਣ ਲੱਗੇ ਜਿਸ ਨੂੰ ਜਿਸ ਦੇਹ ਸੋ ਪਾਏ ਜਿਸ ਨੂੰ ਪ੍ਰਭੂ ਪਰਮਾਤਮਾ ਫਿਰ ਦਾਤਾਂ ਦਿੰਦਾ ਹੈ ਉਹ ਪ੍ਰਭੂ ਪਰਮਾਤਮਾ ਦੇ ਦਰੋਂ ਘਰੋਂ ਸਾਰੀਆਂ ਦਾਤਾਂ ਪ੍ਰਾਪਤ ਕਰਦਾ ਹੈ ਬਲਿਹਾਰੀ ਗੁਰ ਆਪਣੇ ਜਿਨ ਅਵਗਣ ਮੇਟ ਗੁਣ ਪ੍ਰਗਟੀ ਆਏ ਸਭ ਕਹਿਣ ਲੱਗੇ ਜਿਹੜਾ ਗੁਰੂ ਹੈ ਗੁਰੂ ਦੀ ਇੱਕ ਖਾਸੀਅਤ ਹੈ ਕਿ ਉਹ ਭਇਆ ਮਨੂਰ ਕੰਚਨ ਫਿਰ ਹੋਆ ਜੇ ਗੁਰ ਮਿਲੇ ਤਨੇਹਾ ਗੁਰੂ ਦੀ ਇੱਕ ਖਾਸੀਅਤ ਹੈ ਬੇਸ਼ੱਕ ਜਿਹੜੀ ਚੀਜ਼ ਬੇਕਾਰ ਤੋਂ ਬੇਕਾਰ ਹੋ ਜਾਵੇ ਜੇਕਰ ਸੱਚਾ ਹੋਵੇਗਾ ਉਹ ਬੇਕਾਰ ਤੋਂ ਵੀ ਨਿਰਮੂਲ ਤੋਂ ਵੀ ਮੂਲਵਾਨ ਬਣਾ ਦੇਵੇਗਾ ਇਵੇਂ ਕਹਿ ਲਈਏ ਕਿ ਜਿਹੜਾ ਇਨਸਾਨ ਅਵਗਣਾਂ ਦੇ ਨਾਲ ਭਰਿਆ ਹੋਇਆ ਕਾਂ ਵਰਗੀ ਮਲੀਨ ਬੁੱਧੀ ਵੀ ਉਹਦੀ ਹੋਵੇ ਲੇਕਿਨ ਜਦੋਂ ਗੁਰੂ ਦੇ ਦਰ ਦੇ ਉੱਤੇ ਆ ਜਾਂਦਾ ਹੈ ਗੁਰੂ ਦੇ ਕੋਲੋਂ ਸਿੱਖਿਆ ਲੈ ਲੈਂਦਾ ਹੈ ਉਹ ਫਿਰ ਸੋਨੇ ਦੇ ਵਰਗਾ ਹੋ ਜਾਂਦਾ ਉਹਦੇ ਜੀਵਨ ਇੱਕਦਮ ਬਦਲ ਜਾਂਦਾ ਉਦਾਹਰਣ ਦੇ ਤੌਰ ਤੇ ਇੱਕ ਨਹੀਂ ਅਨੇਕਾਂ ਉਦਾਹਰਣਾਂ ਮਿਲ ਜਾਂਦੀਆਂ ਨੇ ਗੁਰੇ ਇਤਿਹਾਸ ਦੇ ਵਿੱਚੋਂ ਬੇਸ਼ੱਕ ਛੱਜੂ ਝਿਊਰ ਦੇ ਬਾਰੇ ਤੇ ਆਪਣੇ ਸਾਰਿਆਂ ਨੇ ਸੁਣਿਆ ਹੋਵੇਗਾ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜੀ ਜਦੋਂ ਪੰਜੋਖੜੇ ਦੀ ਧਰਤੀ ਦੇ ਉੱਤੇ ਗਏ ਦਿੱਲੀ ਦੀ ਧਰਤੀ ਨੂੰ ਜਾਂਦਿਆਂ ਹੋਇਆਂ ਤੇ ਉੱਥੇ ਦੇ ਬ੍ਰਾਹਮਣ ਨੇ ਸਤਿਗੁਰੂ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜੀ ਨੂੰ ਕਟਾਕਸ਼ ਕਰਦਿਆਂ ਹੋਇਆਂ ਪੁੱਛ ਕੀਤੀ ਸੀ ਤੁਹਾਡਾ ਨਾਮ ਕੀ ਹੈ ਕਹਿਣ ਲੱਗੇ ਮੇਰਾ ਨਾਂ ਹਰਕ੍ਰਿਸ਼ਨ ਹੈ ਕਹਿਣ ਲੱਗੇ ਨਾਂ ਇੰਨਾ ਵੱਡਾ ਧਰਾਇਆ ਕਿ ਹਰਕ੍ਰਿਸ਼ਨ ਹਰ ਦੋ ਪੈਗੰਬਰਾਂ ਦੇਵਤਿਆਂ ਦੇ ਨਾਵਾਂ ਨੂੰ ਹਰੀ ਦੇ ਨਾਂ ਦੇ ਉੱਤੇ ਤੇ ਕ੍ਰਿਸ਼ਨ ਦੇ ਨਾਂ ਦੇ ਉੱਤੇ ਨਾਂ ਰੱਖਿਆ ਤੇ ਕ੍ਰਿਸ਼ਨ ਦੀ ਗੀਤਾ ਦੇ ਵੀ ਅਰਥ ਕਰਨੇ ਆਉਂਦੇ ਅਜੇ 7 ਸਾਲ ਦੀ ਉਮਰ ਸੀ ਸਤਿਗੁਰੂ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜੀ ਦੇ ਉਹਨਾਂ ਦੇ ਉਹਦੀ ਸੋਚ ਸੀ ਕਿ ਸ਼ਾਇਦ ਇੰਨੀ ਛੋਟੀ ਉਮਰ 'ਚ ਕਿੱਥੋਂ ਇਹਨਾਂ ਨੂੰ ਇੰਨਾ ਗਿਆਨ ਹੋਣਾ ਹੈ ਕਿਉਂਕਿ ਸੰਸਕ੍ਰਿਤ ਦੇ ਅੰਦਰ ਉਸ ਸਮੇਂ ਕੋਈ ਹੋਰ ਪੜ੍ਹਾਉਂਦੇ ਨਹੀਂ ਸਿਰਫ ਤੇ ਸਿਰਫ ਪੰਡਿਤ ਪੜ੍ਹਦੇ ਹੋਇਆ ਕਰਦੇ ਸਨ ਕਿਉਂਕਿ ਨਾਂ ਤੁਸੀਂ ਹਰਕ੍ਰਿਸ਼ਨ ਰਖਵਾਇਆ ਆ ਤੇ ਕ੍ਰਿਸ਼ਨ ਦੀ ਗੀਤਾ ਦੇ ਅਰਥ ਜਾਣਦੇ ਹੋ ਜਾਂ ਗੀਤਾ ਪੜ੍ਹਨੀ ਆਉਂਦੀ ਆ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜੀ ਹੱਸ ਪਏ ਕਹਿਣ ਲੱਗੇ ਕਿ ਜਾਓ ਜਿਸ ਨੂੰ ਤੁਹਾਡੇ ਪਿੰਡ ਦੇ ਅੰਦਰ ਜਿਸ ਨੂੰ ਵੀ ਜਿਸ ਨਗਰ ਦੇ ਵਿੱਚ ਰਹਿੰਦੇ ਹੋ ਜੇਕਰ ਤੁਸੀਂ ਜਿਸ ਨੂੰ ਸਮਝਦੇ ਹੋ ਕਿ ਇਹ ਕੁਝ ਨਹੀਂ ਜਾਣਦਾ ਉਹਨੂੰ ਲੈ ਕੇ ਆਓ ਲੋਕਾਂ ਦੇ ਘਰਾਂ ਦੇ ਵਿੱਚ ਨੱਤੀਆਂ ਬੂਤੀਆਂ ਕਰਨ ਵਾਲੇ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਢੋਇਆ ਕਰਦੇ ਸਨ ਪਾਣੀ ਭਰਿਆ ਕਰਦੇ ਸਨ ਨੀਵੀਂ ਜਾਤੀ ਦੇ ਕਹਾਉਣ ਵਾਲੇ ਛੱਜੂ ਝਿਊਰ ਨੂੰ ਲੈ ਕੇ ਆਇਆ ਉਹ ਪੰਡਿਤ ਬ੍ਰਾਹਮਣ
ਸਤਿਗੁਰੂ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜੀ ਨੇ ਇੱਕ ਐਸੀ ਕਿਰਪਾ ਕੀਤੀ, ਨਦਰ ਕੀਤੀ ਸੱਜੇ ਝੂਰ ਨੇ ਜਦੋਂ ਸਤਿਗੁਰੂ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜੀ ਦੇ ਚਰਨਾਂ 'ਚ ਮੱਥਾ ਟੇਕਿਆ ਅਤੇ ਮੱਥਾ ਟੇਕਣ ਦੇ ਨਾਲ ਇੰਨੇ ਕੁ ਭਾਗਾਂ ਦੇ ਵਿੱਚ ਤਬਦੀਲੀ ਆ ਗਈ ਕਿ ਉਹਨੇ ਗੀਤਾ ਦੇ ਅਰਥ ਕਰ ਕਰਕੇ ਇੱਕ ਇੱਕ ਅਰਥ ਕਰਕੇ ਜਿਹੜਾ ਪੜ੍ਹਨ ਦੀ ਗੱਲ ਕਰਦਾ ਸੀ ਉਹਦੇ ਕੋਲ ਅਰਥ ਵੀ ਕਰਵਾ ਦੇਣਾ ਕੀਤੇ। ਕਹਿਣ ਤੋਂ ਭਾਵ ਕਿ ਜੇਕਰ ਸੱਚਾ ਸਤਿਗੁਰੂ ਹੋਵੇ ਤੇ ਉਹ ਕਰਨ ਕਾਰਨ ਸਮਰੱਥ ਹੁੰਦਾ ਹੈ, ਉਹ ਕਰਵਾ ਸਕਦਾ ਹੈ ਕਿਉਂਕਿ ਉਹਦੇ ਵਿੱਚ ਸਮਰੱਥਾ ਹੈ। ਪਰਮਾਤਮਾ ਆਪ ਗੁਰ ਪਰਮੇਸ਼ਰ ਇੱਕ ਹੋ ਜਾਣ, ਗੁਰੂ ਤੇ ਪਰਮਾਤਮਾ ਇੱਕ ਹੋਇਆ ਕਰਦਾ ਹੈ। ਪਰਮਾਤਮਾ ਦੀ ਦਿੱਤੀ ਹੋਈ ਗੱਲ, ਕਹੀ ਹੋਈ ਗੱਲ ਪੂਰਨ ਤੌਰ ਦੇ ਉੱਤੇ ਸੰਪੂਰਨ ਹੁੰਦੀ ਹੈ। ਹੁਣ ਸਾਹਿਬ ਕਹਿਣ ਲੱਗੇ, ਬਲਿਹਾਰੀ ਗੁਰ ਆਪਣੇ ਜਿਨ ਅਵਗਣ ਮੇਟ ਗੁਣ ਪ੍ਰਗਟੀ ਆਏ। ਦੇਖੋ ਦੁਨੀਆਦਾਰੀ ਦੇ ਰੂਪ ਦੇ ਅੰਦਰ ਸਾਹਿਬ ਗੁਰਬਾਣੀ ਦੇ ਅੰਦਰ ਜਦੋਂ ਅਸੀਂ ਸਵੇਰੇ ਸਵੇਰੇ ਆਸਾ ਦੀ ਵਾਰ ਅੰਮ੍ਰਿਤ ਵੇਲੇ ਕੀਰਤਨ ਸਰਵਣ ਕਰੀਦਾ ਹੈ, ਸ਼ੁਰੂਆਤੀ ਤੌਰ ਦੇ ਉੱਤੇ ਬਚਨ ਆਉਂਦੇ ਨੇ ਕਿ ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇੱਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਕਿਉਂਕਿ ਬੇਸ਼ੱਕ ਹਜ਼ਾਰਾਂ ਸੂਰਜ ਚੜ੍ਹ ਜਾਣ, ਹਜ਼ਾਰਾਂ ਚੰਦਰਮੇ ਚੜ੍ਹ ਜਾਂਦੇ, ਲੇਕਿਨ ਹਿਰਦੇ ਦੇ ਅੰਦਰ ਦਾ ਹਨੇਰਾ ਉਹ ਸੂਰਜ ਚੰਦਰਮਾ ਕਦੀ ਦੂਰ ਨਹੀਂ ਕਰ ਸਕਦੇ। ਕਿਉਂਕਿ ਜਿਹੜਾ ਅਗਿਆਨਤਾ ਦਾ ਹਨੇਰਾ ਹੈ ਉਹ ਬਾਹਰੀ ਲੋਹ ਦੇ ਨਾਲ ਪ੍ਰਕਾਸ਼ ਦੇ ਨਾਲ ਨਹੀਂ ਹੋਣਾ ਦੂਰ। ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇੱਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰੂ ਤੋਂ ਬਗੈਰ, ਗੁਰਬਾਣੀ ਤੋਂ ਬਗੈਰ, ਗਿਆਨ ਤੋਂ ਬਗੈਰ ਅੰਧਕਾਰ ਹੈ, ਗੁਰਬਾਣੀ ਤੋਂ ਬਗੈਰ ਹਨੇਰਾ ਹੈ। ਹਨੇਰੇ ਤਿੰਨ ਪ੍ਰਕਾਰ ਦੇ ਹੋਇਆ ਕਰਦੇ ਨੇ। ਪਹਿਲਾ ਹਨੇਰਾ ਹੈ ਜੋ ਕਿ ਰਾਤ ਦਾ ਹਨੇਰਾ, ਉਹ ਲਾਈਟ ਦੇ ਨਾਲ ਦੂਰ ਹੋ ਸਕਦਾ ਹੈ, ਉਹ ਇੰਨਾ ਖਤਰਨਾਕ ਨਹੀਂ ਹੁੰਦਾ। ਦੂਸਰਾ ਹਨੇਰਾ ਹੈ ਧੁੰਦ ਦਾ ਹਨੇਰਾ, ਜਿਹੜਾ ਔਂਸ ਪੈ ਜਾਂਦੀ ਹੈ, ਧੁੰਦ ਪੈ ਜਾਂਦੀ ਹੈ, ਉਹ ਹਨੇਰਾ ਥੋੜ੍ਹਾ ਜ਼ਿਆਦਾ ਖਤਰਨਾਕ ਹੈ। ਉਹ ਕਿਉਂਕਿ ਸੂਰਜ ਚੜ੍ਹਨ ਦੇ ਨਾਲ ਉਹ ਵੀ ਹਨੇਰਾ ਦੂਰ ਹੋ ਜਾਂਦਾ ਹੈ। ਤੀਸਰੇ ਪ੍ਰਕਾਰ ਦਾ ਹਨੇਰਾ ਅਗਿਆਨਤਾ ਦਾ ਹਨੇਰਾ, ਇਹ ਬੜਾ ਖਤਰਨਾਕ ਹਨੇਰਾ ਹੈ। ਇਹ ਜਿਹਨੂੰ ਪ੍ਰਭੂ ਪਰਮਾਤਮਾ ਗਿਆਨ ਦਿੰਦਾ ਹੈ ਉਹਦਾ ਹਨੇਰਾ ਦੂਰ ਹੁੰਦਾ ਹੈ, ਨਹੀਂ ਤੇ ਅਗਿਆਨਤਾ ਦੇ ਵਿੱਚ ਤਾਂ ਨਹੀਂ ਕਿੰਨੇ ਕੁ ਲੋਕ ਬਰਬਾਦ ਹੋ ਜਾਂਦੇ ਨੇ ਅਗਿਆਨਤਾ ਦੇ ਕਰਕੇ, ਹੰਕਾਰ ਦੇ ਕਰਕੇ, ਇਸ ਹਨੇਰੇ ਦੇ ਵਿੱਚ ਆਣ ਕੇ ਲੋਕ ਬਰਬਾਦ ਹੋ ਜਾਂਦੇ ਨੇ। ਲੇਕਿਨ ਸਤਿਗੁਰੂ ਜੀ ਇਸ ਗੱਲ ਨੂੰ ਸਮਝਾਉਂਦਿਆਂ ਹੋਇਆ ਕਹਿਣ ਲੱਗੇ, ਇਹ ਜਿਹੜਾ ਹਨੇਰਾ ਹੈ ਇਹ ਕੇਵਲ ਤੇ ਕੇਵਲ ਗੁਰੂ ਦੇ ਦਰ ਦੇ ਉੱਤੇ ਆਉਣ ਦੇ ਨਾਲ ਹੀ ਇਹ ਦੂਰ ਹੋਣਾ ਹੈ, ਤੇ ਗੁਰੂ ਦੇ ਗਿਆਨ ਤੋਂ ਬਗੈਰ ਇਹ ਹਨੇਰਾ ਦੂਰ ਹੋ ਹੀ ਨਹੀਂ ਸਕਦਾ। ਸਾਹਿਬ ਤਾਂ ਇੱਥੋਂ ਤੱਕ ਆਖਣਾ ਕਰਦੇ ਨੇ ਕਿ ਜੇਕਰ ਅਸੀਂ ਗੁਰੂ ਦੀ ਮੱਤ ਜੀਵਨ ਦੇ ਅੰਦਰ ਲੈ ਲੈਂਦੇ ਹਾਂ ਤੇ ਇੰਨੀ ਕੁ ਬਖਸ਼ਿਸ਼ ਹੁੰਦੀ ਹੈ। ਬਲਿਹਾਰੀ ਗੁਰ ਆਪਣੇ ਜਿਨ ਅਵਗਣ ਮੇਟ ਗੁਣ ਪ੍ਰਗਟੀ ਆਏ, ਗੁਰੂ ਦੀ ਬਖਸ਼ਿਸ਼ ਦੇ ਸਦਕਾ ਸਾਡੇ ਜੀਵਨ ਦੇ ਅੰਦਰ ਜਿੰਨੇ ਵੀ ਅਵਗਣ ਨੇ ਗੁਰੂ ਸਾਡੇ ਅਵਗਣ ਮੇਟ ਦਿੰਦਾ ਹੈ, ਗੁਣਾਂ ਨੂੰ ਪ੍ਰਗਟ ਕਰ ਦਿੰਦਾ ਹੈ, ਗੁਣ ਪ੍ਰਗਟ ਕਰਦਾ। ਗੁਰੂ ਇੱਕ ਦੀਪਕ ਦੇ ਵਾਂਗੂ ਹੈ, ਦੀਵੇ ਦੇ ਵਾਂਗੂ ਜਗਦਾ ਹੋਇਆ ਦੀਵਾ, ਜਗਦਾ ਹੋਇਆ ਦੀਵਾ ਹਜ਼ਾਰਾਂ ਬੁਝਿਆ ਹੋਇਆ ਦੀਵਿਆਂ ਨੂੰ ਜਗਾ ਸਕਦਾ ਹੈ। ਜਗਦਾ ਹੋਇਆ ਦੀਪਕ ਤੋਂ ਉਦਾਹਰਣ ਲਈ ਹੈ ਕਿ ਹਨੇਰੇ ਦੇ ਵਿੱਚ ਰੋਸ਼ਨੀ ਕਰਨ ਵਾਲਾ ਸਾਡੇ ਹਿਰਦੇ ਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ ਤੇ ਗੁਰੂ ਬਾਣੀ ਪੜ੍ਹਨ ਦੇ ਨਾਲ ਹਿਰਦੇ ਦੇ ਵਿੱਚ ਗਿਆਨ ਪ੍ਰਗਟ ਹੁੰਦਾ ਹੈ। ਤੇ ਸਾਹਿਬ ਅਖੀਰਲੀਆਂ ਪੰਕਤੀਆਂ ਅੰਦਰ ਆਪਣੇ ਪਾਵਨ ਪਵਿੱਤਰ ਬਚਨਾਂ ਦੇ ਅੰਦਰ ਕਹਿਣ ਲੱਗੇ, ਵੱਡੀ ਵਡਿਆਈ ਵੱਡੇ ਕੀ ਗੁਰਮੁਖ ਲਾਏ। ਸਾਹਿਬ ਕਹਿਣ ਲੱਗੇ, ਹੇ ਪ੍ਰਭੂ ਪਰਮਾਤਮਾ ਜੀਓ, ਉਸ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੀ, ਵੱਡੇ ਮਾਲਕ ਦੀ ਇੰਨੀ ਕੁ ਵੱਡੀ ਵਡਿਆਈ ਹੈ ਕਿ ਕੋਈ ਬਿਆਨ ਹੀ ਨਹੀਂ ਕਰ ਸਕਦਾ। ਉਸਦੀ ਵਡਿਆਈ ਨੂੰ ਕੋਈ ਕਹਿ ਹੀ ਨਹੀਂ ਸਕਦਾ, ਉਸਦੀ ਵਡਿਆਈ ਨੂੰ ਕੋਈ ਬਿਆਨ ਕਰਨ ਦੀ ਜਿੰਨਾ ਮਰਜ਼ੀ ਕੋਸ਼ਿਸ਼ ਕਰੇ ਲੇਕਿਨ ਬਿਆਨ ਕਰ ਹੀ ਨਹੀਂ ਸਕਦਾ। ਗੁਰਮੁਖ ਬੜੇ ਅਲਾਉਂਦੇ ਨੇ, ਅਲਾਉਣਾ ਤੋਂ ਭਾਵ ਉਚਾਰਨ ਕਰਨਾ,
ਵੱਡੀ ਵਡਿਆਈ ਵੱਡੇ ਕੀ ਗੁਰਮੁਖ ਆ ਲਾਏ। ਉਸ ਮਾਲਕ ਦੀ ਵਡਿਆਈ ਗਾਉਂਦਿਆਂ ਗਾਉਂਦਿਆਂ ਪਤਾ ਨਹੀਂ ਕਿੰਨੇ ਮਹਾਂਪੁਰਖਾਂ ਦੇ ਰੂਪ ਦੇ ਅੰਦਰ ਉਹਨਾਂ ਨੂੰ ਵੱਡੇ ਮਾਲਕ ਨੂੰ ਗਾਇਆ, ਲੇਕਿਨ ਉਹਨਾਂ ਦੇ ਬਚਨਾਂ ਨੂੰ ਇਵੇਂ ਕਹਿ ਲਈਏ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਇੱਥੋਂ ਤੱਕ ਸਾਹਿਬਾ, ਜਿਹਵਾ ਏਕ ਕਵਨ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੂ ਅੰਤ ਨਾ ਕਿਨਹੀਂ ਲਈਏ। ਜ਼ੁਬਾਨ ਇੱਕ ਹੈ ਲੇਕਿਨ ਪਰਮਾਤਮਾ ਦੇ ਗੁਣ ਬੇਅੰਤ ਹੈ, ਪਰਮਾਤਮਾ ਨੂੰ ਕੋਈ ਬਿਆਨ ਕਰਨ ਨਹੀਂ ਸਕਦਾ। ਸੁਣ ਵੱਡਾ ਆਖੇ ਸਭ ਕੋਈ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਫਿਰ ਰਹੇ ਸੁਣਾਏ। ਜਿਹੜੇ ਉਸ ਪਰਮਾਤਮਾ ਨੂੰ ਕਹਿਣ ਦੀ ਕੋਸ਼ਿਸ਼ ਕਰਦੇ ਨੇ, ਉਹਦੇ ਵਿੱਚ ਹੀ ਸਮਾ ਜਾਂਦੇ ਨੇ, ਉਸ ਪਰਮਾਤਮਾ ਦੇ ਗੁਣਾਂ ਦੇ ਵਿੱਚ ਹੀ ਗੁਣ ਕਹਿ ਗੁਣੀ ਸਮਾਵਣੇ ਆ। ਗੁਣ ਕਹਿੰਦੀਆਂ ਹੋਈਆਂ, ਗੁਣ ਸੁਣਦੀਆਂ ਹੋਈਆਂ, ਗੁਣਾਂ ਦੇ ਵਿੱਚ ਹੀ ਜੀਵ ਸਮਾ ਜਾਂਦੇ ਨੇ। ਸੋ ਸਤਿਗੁਰੂ ਜੀ ਰਹਿਮਤ ਕਰਨ, ਸਾਡੇ ਜੀਵਨ ਦੇ ਅੰਦਰ ਵੀ ਸ਼ੁਭ ਗੁਣਾਂ ਦੀ ਆਮਦ ਆ ਸਕੇ, ਸਾਡੇ ਜੀਵਨ ਦੇ ਵਿੱਚ ਵੀ ਸ਼ੁਭ ਗੁਣ ਆਵਣ, ਤਾਂ ਕਿ ਉਸ ਮਾਲਕ ਦੇ ਦਰ ਦੇ ਉੱਤੇ ਮੁੱਖ ਉਜਲਾ ਕਰਕੇ ਲਿਜਾਣ ਦੇ ਯੋਗ ਹੋ ਸਕੀਏ। ਸੋ ਸਤਿਗੁਰੂ ਜੀ ਰਹਿਮਤ ਕਰਨ, ਕਈ ਹੋਏ ਸੁਣੇ ਹੋਏ ਬੋਲ ਹਿਰਦਿਆਂ ਦੇ ਅੰਦਰ ਵੱਸ ਜਾਵਣ, ਬੇਅੰਤ ਮਾਇਆ ਕਥਾ ਦੇ ਸਤਿਕਾਰ ਵਜੋਂ ਬੇਟਾ ਹੋਏ ਨੇ, ਜਿਨ੍ਹਾਂ ਖਜ਼ਾਨਿਆਂ ਚੋਂ ਮਾਇਆ ਸੁੱਖ ਖਜ਼ਾਨਿਆਂ ਭਰਪੂਰ ਕਰਨੇ, ਚੜ੍ਹਦੀਆਂ ਕਲਾ ਬਖਸ਼ਣੀਆਂ, ਸਭਨਾਂ ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ, ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ, ਉਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।